हाँ जी दोस्तों, सत श्री अकाल सारिआं नूं। सिफत अकैडमी यूट्यूब चैनल विच तुहाडा स्वागत है। एक हुण नवां फार्म भरन ते नवां पंगा पै चुक्या, उस बारे तुहानूं जानकारी है जिहड़ी सांझी कर रहे हां। किहड़े दस्तावेज तों बिना पेंशन नहीं मिलेगी, तां इह तुसीं फार्म देख सकदे हो जिहड़ा ऑफिशियल वैबसाइट तों इह फार्म लिया गया। बुढ़ापा पेंशन जदों नवीं अपलाई करदे हां तां उस टाइम इह फार्म भरिया जांदा है। ਇਹ ਫਾਰਮ ਪਹਿਲਾਂ ਦੱਸ ਚੁੱਕੇ ਹਾਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਕਿ ਫਾਰਮ ਕਿਵੇਂ ਭਰਨਾ ਹੈ, ਕਿੱਥੇ ਜਮ੍ਹਾਂ ਕਰਾਉਣਾ ਹੈ ਅਤੇ ਕਿੰਨੇ ਟਾਈਮ ਬਾਅਦ ਪੈਨਸ਼ਨ ਹੈ ਜਿਹੜੀ ਉਹ ਲੱਗ ਜਾਂਦੀ ਹੈ। ਪਹਿਲਾਂ ਇਸ ਬਾਰੇ ਕਾਫੀ ਵੀਡੀਓ ਬਣਾ ਚੁੱਕੇ ਹਾਂ, ਤਾਂ ਹੁਣ ਤੁਹਾਨੂੰ ਇੱਕ ਗੱਲ ਇਹਦੇ ਵਿੱਚ ਕਲੀਅਰ ਕਰਨ ਜਾ ਰਹੇ ਹਾਂ ਕਿ ਜਿਹੜਾ ਦਸਤਾਵੇਜ਼ ਨਵਾਂ ਦਸਤਾਵੇਜ਼ ਐਡ ਕੀਤਾ ਹੈ ਤਾਂ ਉਸ ਦੇ ਵਿੱਚ ਕੀ ਵਾਕਿਆ ਹੀ ਉਸ ਤੋਂ ਬਿਨਾਂ ਪੈਨਸ਼ਨ ਨਹੀਂ ਮਿਲੇਗੀ। ਤਾਂ ਇਹ ਫਾਰਮ ਹੈ, ਦੇਖ ਸਕਦੇ ਹੋ ਇਹਦੇ ਵਿੱਚ ਸਾਰੀਆਂ ਗਾਈਡਲਾਈਨ ਲਿਖੀਆਂ ਹੋਈਆਂ ਕਿ ਕੀ ਇਹਦੇ ਵਿੱਚ ਕਿਹੜੇ ਦਸਤਾਵੇਜ਼ ਲੱਗਣੇ ਨੇ, ਫਾਰਮ ਕਿੱਥੇ ਜਮ੍ਹਾਂ ਕਰਾਉਣਾ, ਤਾਂ ਕਿੰਨੀ ਉਮਰ ਹੋਣੀ ਚਾਹੀਦੀ ਹੈ, ਤਾਂ ਇਸ ਤੋਂ ਇਲਾਵਾ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ, ਕਿਹੜੇ ਬਜ਼ੁਰਗ ਪੈਨਸ਼ਨ ਸਕੀਮ ਦਾ ਜਿਹੜਾ ਲਾਭ ਹੈ ਉਹ ਲੈ ਸਕਦੇ ਨੇ, ਸਾਰਾ ਕੁਝ ਇਹਦੇ ਵਿੱਚ ਡਿਟੇਲ ਦੇ ਵਿੱਚ ਦਿੱਤਾ ਹੋਇਆ, ਤੁਸੀਂ ਖੁਦ ਵੀ ਪੜ੍ਹ ਸਕਦੇ ਹੋ। ਤਾਂ ਜਦੋਂ ਆਪਾਂ ਨੀਚੇ ਸਕਰੋਲ ਕਰਾਂਗੇ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਜਿਹੜਾ ਇਹ ਫਾਰਮ ਹੈ ਸੁਵਿਧਾ ਕੇਂਦਰ ਦੇ ਵਿੱਚ ਜਮ੍ਹਾਂ ਕਰਵਾਉਂਦੇ ਹੋ ਤਾਂ ਹੁਣ ਪੰਜਾਬ ਸਰਕਾਰ ਨੇ ਇੱਕ ਸਕੂਲ ਦਾ ਸਰਟੀਫਿਕੇਟ ਜਾਂ ਜਨਮ ਪੱਤਰੀ ਐਡ ਕਰਨ ਲਈ ਕਿਹਾ ਗਿਆ। ਤਾਂ ਇਸ ਬਾਰੇ ਕਾਫੀ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ, ਤਾਂ ਉਸ ਤੋਂ ਬਿਨਾਂ ਬਜ਼ੁਰਗਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਰ ਇੱਥੇ ਦੱਸ ਦਈਏ ਜਦੋਂ ਆਪਾਂ ਵੈਬਸਾਈਟ ਤੋਂ ਇਹ ਫਾਰਮ ਡਾਊਨਲੋਡ ਕਰਦੇ ਹਾਂ ਤਾਂ ਇਸ ਦੇ ਵਿੱਚ ਨੀਚੇ ਦੇਖ ਸਕਦੇ ਹੋ ਤੁਸੀਂ ਉਮਰ ਲਿਖੀ ਹੈ, ਇਸ ਤੋਂ ਬਾਅਦ ਆਮਦਨ ਸਾਰਾ ਕੁਝ ਲਿਖਿਆ, ਉਮਰ ਦੇ ਸਬੂਤ ਵਜੋਂ ਕੋਈ ਇੱਕ ਇਹ ਦੇਖ ਸਕਦੇ ਹੋ, ਆਧਾਰ ਕਾਰਡ, ਵੋਟਰ ਕਾਰਡ, ਵੋਟਰ ਸੂਚੀ, ਦਸਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਡ ਮੌਤ ਅਤੇ ਜਿਹੜਾ ਇਹਦੇ ਵਿੱਚ ਜਨਮ ਸਰਟੀਫਿਕੇਟ, ਇਹਨਾਂ ਦੇ ਵਿੱਚੋਂ ਇੱਕ ਹੋਣਾ ਚਾਹੀਦਾ। ਪਰ ਜਦੋਂ ਸੁਵਿਧਾ ਕੇਂਦਰ ਦੇ ਵਿੱਚ ਜਮ੍ਹਾਂ ਕਰਵਾਉਣ ਜਾਂਦਾ ਕੋਈ ਵੀ ਤਾਂ ਉਹਦੇ ਵਿੱਚ ਕੀ ਆ, ਉਹ ਇਸ ਤੋਂ ਇਲਾਵਾ ਵੀ ਮੰਗ ਰਹੇ ਨੇ। ਪਰ ਸਰਕਾਰ ਨੇ ਪਹਿਲਾਂ ਇਹਦੇ ਬਾਰੇ ਐਲਾਨ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਉਸਨੂੰ ਵਾਪਸ ਲੈ ਲਿਆ ਗਿਆ। ਪਰ ਇਹ ਸੁਵਿਧਾ ਕੇਂਦਰ ਦੇ ਵਿੱਚ ਪਤਾ ਨਹੀਂ ਨੋਟੀਫਿਕੇਸ਼ਨ ਉਹਨਾਂ ਕੋਲ ਨਹੀਂ ਆਇਆ ਕਿ ਕੀ ਗੱਲਬਾਤ ਹੈ, ਪਰ ਉਹ ਮੰਗ ਰਹੇ ਨੇ। ਪਰ ਜਿਹੜਾ ਇਹ ਜਿਹੜਾ ਇਹਦੇ ਵਿੱਚ ਐਲਾਨ ਕੀਤਾ ਸੀ ਉਹ ਵਾਪਸ ਲੈ ਲਿਆ ਗਿਆ। ਜਦੋਂ ਤੁਸੀਂ ਅਫੀਸ਼ੀਅਲ ਵੈਬਸਾਈਟ 'ਤੇ ਫਾਰਮ ਡਾਊਨਲੋਡ ਕਰੋਗੇ ਤਾਂ ਸੁਵਿਧਾ ਕੇਂਦਰ ਵਾਲਿਆਂ ਨੂੰ ਤੁਸੀਂ ਇਹ ਦਿਖਾ ਸਕਦੇ ਹੋ ਕਿ ਇਹਦੇ ਵਿੱਚ ਇਹ ਮੈਨਸ਼ਨ ਕੀਤਾ ਤੁਸੀਂ ਸਾਡੇ ਤੋਂ ਅਲੱਗ ਤੋਂ ਫਾਰਮ ਕਿਉਂ ਮੰਗ ਰਹੇ ਹੋ, ਭਾਵ ਕਿ ਅਲੱਗ ਤੋਂ ਜਿਹੜਾ ਦਸਤਾਵੇਜ਼ ਕਿਉਂ ਮੰਗਿਆ ਜਾ ਰਿਹਾ, ਇਹ ਤੁਸੀਂ ਵਿਖਾ ਸਕਦੇ ਹੋ, ਫਿਰ ਤੁਹਾਡੀ ਪੈਨਸ਼ਨ ਲੱਗ ਜਾਵੇਗੀ। ਕਿਉਂਕਿ ਜਦੋਂ ਅਫੀਸ਼ੀਅਲ ਵੈਬਸਾਈਟ ਤੋਂ ਫਾਰਮ ਇਹ ਡਾਊਨਲੋਡ ਕਰਦੇ ਹਾਂ ਤਾਂ ਉਸਦੇ ਵਿੱਚ ਇਹ ਚੀਜ਼ਾਂ ਨਹੀਂ ਲਿਖੀਆਂ ਹੋਈਆਂ, ਤਾਂ ਤੁਸੀਂ ਇਹ ਸੁਵਿਧਾ ਕੇਂਦਰ ਦੇ ਮੁਲਾਜ਼ਮ ਆ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਫਿਲਹਾਲ ਇੰਨਾ ਹੀ, ਧੰਨਵਾਦ।